ਸਾਲ ਕੁ ਪਹਿਲਾਂ ਕੁੜੀਆਂ ਦੀ ਛੇੜਖਾਨੀ ਕਰਦੇ, ਉਹਦੇ 'ਚ ਸਮਝਾਇਆ ਸੀ ਵੀ ਇੱਦਾਂ ਮਤਲਬ ਵੀ ਨਾ ਛੇੜੋ, ਸਾਡੀਆਂ ਭੈਣਾਂ ਵਾ ਪਿੰਡ ਦੇ ਮੈਂਬਰ ਨੂੰ ਨਾਲ ਲੈ ਕੇ ਵਿੱਚ ਪਾ ਕੇ ਸਮਝਾਇਆ ਸੀ। ਅਤੇ ਉਦੋਂ ਇਹਨਾਂ ਨੇ ਸੌਰੀ ਮੰਗ ਲਈ ਵੀ ਚਲੋ ਸਾਨੂੰ ਪਤਾ ਨਹੀਂ ਵੀ ਆਪਣੇ ਪਿੰਡ ਦੀਆਂ ਕੁੜੀਆਂ ਨੂੰ ਪਤਾ ਨਹੀਂ, ਅਤੇ ਉਹ ਚੀਜ਼ ਦਾ ਪਤਾ ਨਹੀਂ ਸੀ ਇਹਨਾਂ ਨੇ ਇਹ ਕੰਮ ਕਰ ਦੇਣਾ। ਅਤੇ ਅੱਜ ਸ਼ਰੇਆਮ ਆਣ ਕੇ ਅਤੇ ਸਾਲ ਬਾਅਦ ਬੂਹੇ ਗਾੜੀ ਗੋਲੀਆਂ ਮਾਰ ਕੇ ਕਰ ਪਿੰਡ ਦੇ ਮੁੰਡੇ ਘਰ ਲੱਗ ਗਏ, ਗੁਆਂਢੀ ਇੱਕ ਸਿੰਮੂ ਆ ਅਤੇ ਇੱਕ ਟਾੜਾ ਟਾਟਾ ਵਾ। ਰਣਜੀਤ ਜੀ ਕੋਈ ਇੱਦਾਂ ਹੀ ਆਮ ਹੀ ਹੈ ਝਗੜਾ ਸੀਗਾ ਇਹਨਾਂ ਦਾ ਮੁੰਡੇ, ਉਦੋਂ ਇਹਨਾਂ ਨੇ ਹਾਂਜੀ ਮੁੰਡੇ ਦੀ ਡੈਥ ਹੋ ਗਈ, ਇਹਨਾਂ ਨੂੰ ਸਮਝਾਇਆ ਸੀ ਭਾਗ ਰਾਜੀਨਾਮਾ ਸਾਰਾ ਕੁਝ ਕਰਾਇਆ ਸੀਗਾ ਅਤੇ ਆਹ ਪਤਾ ਨਹੀਂ ਕੀ ਜਾਂਚ ਕੀਤਾ ਉਹਨਾਂ ਨੇ। ਮੁੰਡਾ ਮੈਰਿਡ ਸੀਗਾ? ਮੈਰਿਡ ਸੀਗਾ। ਕਿੰਨੇ ਬੱਚੇ? ਕਿੰਨੇ ਮਿਲਦੇ ਬੱਚੇ? ਇੱਕ ਗੁੜੀਆ ਸੀ ਉਹਦੀ। ਕੁੜੀਆਂ ਨੂੰ ਛੇੜਨ ਤੋਂ ਰੋਕਣ ਨੂੰ ਲੈ ਕੇ ਇੱਕ ਨੌਜਵਾਨ ਦਾ ਗੋਲੀਆਂ ਮਾਰ ਕੇ ਕੀਤਾ ਕਤਲ, ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਹੋਈ ਕੈਦ। ਤੁਹਾਨੂੰ ਦੱਸ ਦਈਏ ਕਿ ਤਸਵੀਰਾਂ ਤਰਨ ਤਾਰਨ ਦੀਆਂ ਨੇ, ਜਿੱਥੇ ਤਰਨ ਤਾਰਨ ਦੇ ਵਿੱਚ ਦਿਨ ਦਿਹਾੜੇ ਇੱਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਜਿਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਭਰਾ ਗੁਰਜੀਤ ਸਿੰਘ ਨੇ ਦੱਸਿਆ ਕਿ ਪਿੰਡ ਦੇ ਵਿੱਚ ਸਾਲ ਕੁ ਪਹਿਲਾਂ ਇਹਨਾਂ ਨੌਜਵਾਨਾਂ ਦੇ ਵੱਲੋਂ ਕੁੜੀਆਂ ਦੇ ਨਾਲ ਛੇੜਖਾਨੀ ਕੀਤੀ ਗਈ ਸੀ ਅਤੇ ਸਾਡੇ ਵੱਲੋਂ ਇਹਨਾਂ ਨੌਜਵਾਨਾਂ ਨੂੰ ਰੋਕਿਆ ਗਿਆ ਸੀ। ਅਤੇ ਅੱਜ ਉਸੇ ਪੁਰਾਣੀ ਰੰਜਿਸ਼ ਨੂੰ ਲੈ ਕੇ ਇਹਨਾਂ ਨੌਜਵਾਨਾਂ ਦੇ ਵੱਲੋਂ ਸਾਡੇ ਘਰ ਦਾ ਪਹਿਲਾਂ ਦਰਵਾਜ਼ਾ ਖੜਕਾਇਆ ਅਤੇ ਜਦੋਂ ਮੇਰਾ ਭਰਾ ਬਾਹਰ ਆਇਆ ਤਾਂ ਉਸਨੂੰ ਗੋਲੀਆਂ ਦੇ ਨਾਲ ਭੁੰਨ ਦਿੱਤਾ ਅਤੇ ਉਸਦੀ ਮੌਤ ਹੋ ਗਈ ਹੈ। ਅਤੇ ਮੌਕੇ 'ਤੇ ਹੁਣ ਪੁਲਿਸ ਵੀ ਪਹੁੰਚ ਗਈ ਹੈ ਅਤੇ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸਾਲ ਕੁ ਪਹਿਲਾਂ ਕੁੜੀਆਂ ਦੀ ਛੇੜਖਾਨੀ ਕਰਦੇ, ਉਹਦੇ 'ਚ ਸਮਝਾਇਆ ਸੀ ਵੀ ਇੱਦਾਂ ਮਤਲਬ ਵੀ ਨਾ ਛੇੜੋ, ਸਾਡੀਆਂ ਭੈਣਾਂ ਵਾ ਪਿੰਡ ਦੇ ਮੈਂਬਰ ਨੂੰ ਨਾਲ ਲੈ ਕੇ ਵਿੱਚ ਪਾ ਕੇ ਸਮਝਾਇਆ ਸੀ। ਅਤੇ ਉਦੋਂ ਇਹਨਾਂ ਨੇ ਸੌਰੀ ਮੰਗ ਲਈ ਵੀ ਚਲੋ ਸਾਨੂੰ ਪਤਾ ਨਹੀਂ ਵੀ ਆਪਣੇ ਪਿੰਡ ਦੀਆਂ ਕੁੜੀਆਂ ਨੂੰ ਪਤਾ ਨਹੀਂ, ਅਤੇ ਉਹ ਚੀਜ਼ ਦਾ ਪਤਾ ਨਹੀਂ ਸੀ ਇਹਨਾਂ ਨੇ ਇਹ ਕੰਮ ਕਰ ਦੇਣਾ। ਅਤੇ ਅੱਜ ਸ਼ਰੇਆਮ ਆਣ ਕੇ ਅਤੇ ਸਾਲ ਬਾਅਦ ਬੂਹੇ ਗਾੜੀ ਗੋਲੀਆਂ ਮਾਰ ਕੇ ਕਰ ਕੀ ਨਾ ਬੰਦਿਆਂ ਦਾ ਪਿੰਡ ਦੇ ਮੁੰਡੇ ਘਰ ਲੱਗ ਗਏ, ਗੁਆਂਢੀ ਇੱਕ ਸਿੰਮੂ ਆ ਅਤੇ ਇੱਕ ਟਾੜਾ ਟਾਟਾ ਵਾ ਨਾਲ ਲੈਂਦੇ, ਉਹਦਾ ਇੱਕ ਮੁਰਾਦਪੁਰ ਦਾ ਮੁੰਡਾ, ਉਹਦਾ ਮੈਨੂੰ ਨਾਂ ਨਹੀਂ ਜੋ ਪਤਾ। ਕੀ ਲੱਗਦਾ ਸੀ ਜਿਨ੍ਹਾਂ ਦੀ ਡੈਥ ਹੋਈ? ਮੇਰੇ ਬ੍ਰਦਰ ਹੀ ਵੱਡੇ। ਹੁਣ ਕੀ ਗਾ ਕੀ ਹੱਲ ਜੀ? ਜੋ ਉਹਨਾਂ ਦੇ ਕਾਰਵਾਈ ਬਣਦੀ ਉਹ ਕੀਤੀ ਜਾਵੇ ਹੱਲ। ਇਸੇ ਰੰਜੇ ਕਰਕੇ ਗਾ ਸਮਝਾਇਆ ਸੀ ਬਸ, ਇਹ ਤੋਂ ਵੱਧ ਕੋਈ ਹੋਰ ਇਹਨਾਂ ਨਾਲ ਕੋਈ ਸਾਡਾ ਵੀ ਝਗੜਾ ਨਹੀਂ ਕੋਈ ਇੱਦਾਂ ਦਾ ਕੋਈ ਹੈਗਾ ਹੈ। ਗੋਲੀਆਂ ਗਾਲੀਆਂ ਮਾਰੀਆਂ ਹੁਣ? ਹਾਂਜੀ ਗੋਲੀ ਮਾਰੀ ਹੈ, ਪਤਾ ਨਹੀਂ ਜੀ ਮੈਂ ਵੇਖਿਆ ਨਹੀਂ ਕਿੰਨੇ ਰੁਪਏ ਲੱਗੇ। ਹਾਂਜੀ ਰਣਜੀਤ ਜੀ ਕੋਈ ਇੱਦਾਂ ਹੀ ਆਮ ਹੀ ਹੈ ਝਗੜਾ ਸੀਗਾ ਇਹਨਾਂ ਦਾ ਮੁੰਡੇ, ਉਦੋਂ ਇਹਨਾਂ ਨੇ ਹਾਂਜੀ ਮੁੰਡੇ ਦੀ ਡੈਥ ਹੋ ਗਈ, ਇਹਨਾਂ ਨੂੰ ਸਮਝਾਇਆ ਸੀ ਭਾਗ ਰਾਜੀਨਾਮਾ ਸਾਰਾ ਕੁਝ ਕਰਾਇਆ ਸੀਗਾ ਅਤੇ ਆਹ ਪਤਾ ਨਹੀਂ ਕੀ ਜਾਂਚ ਕੀਤਾ। ਰਾਣਾ ਗੁਰਸੇਵ ਸਿੰਘ ਕੀ ਮੰਗ ਕਰਦੇ? ਕੀ ਹੋਣਾ ਚਾਹੀਦਾ? ਮੰਗ ਜੀ ਇਨਸਾਫ ਹੀ ਚਾਹੀਦਾ, ਹੋਰ ਤੁਹਾਨੂੰ ਪਤਾ ਹੀ ਆ ਪਰਿਵਾਰ ਆ ਬੱਚੀ ਆ ਦੇ ਨਾਲ ਉਹਦੇ। ਇਹ ਮੁੰਡਾ ਮੈਰਿਡ ਸੀਗਾ? ਮੈਰਿਡ ਹੀਗਾ। ਕਿੰਨੇ ਬੱਚੇ? ਕਿੰਨੇ ਮਿਲਦੇ ਬੱਚੇ? ਇੱਕ ਗੁੜੀਆ ਸੀ ਉਹਦੀ। ਕਿੰਨੇ ਚਿਰ ਦੀ? ਉਹ ਹੈਗੀ ਆ 7 ਸਾਲਾਂ ਦੀ। ਆਪਣੇ ਗੁਰਸੇਵਕ ਸਿੰਘ ਆ ਜੀ, ਜਸਵਿੰਦਰ ਸਿੰਘ ਦੇ ਬੇਟੇ ਨੇ, ਲੇਟ ਰਿਟਾਇਰਡ ASC ਸੀਗੇ, ਉਹਨਾਂ ਦੇ ਬੇਟੇ ਨੇ ਪੰਡੋਰੀ ਗੋਲਾਂ ਦੇ, ਉਹਨਾਂ ਦਾ ਇੱਕ ਫਾਇਰ ਆਰਮ ਇੰਜਰੀ ਹੈਗੀ ਹੈ, ਉਹਦੇ ਨਾਲ ਡੈਥ ਹੋਈ ਆ। ਹਾਂਜੀ ਇੱਕ ਸ਼ੋਟ ਲੱਗਿਆ ਜੀ ਉਹਨਾਂ ਦੇ। ਮਾਮਲਾ ਹਾਲੇ ਰੰਜਿਸ਼ ਕਲੀਅਰ ਨਹੀਂ ਹੋਏਗੀ, ਉਹਦੇ ਬਾਰੇ ਜਾਣਕਾਰੀ ਹਾਸਲ ਕੀਤੀ ਜਾਂਦੀ ਹੈ। ਕੋਈ ਪੁਰਾਣੀ ਰੰਜਿਸ਼ ਹੈ ਇਹਨਾਂ ਦੇ, ਫੈਮਿਲੀ ਡਿਸਪਿਊਟ ਸੀਗਾ ਲੜਕਿਆਂ ਨੂੰ ਲੈ ਕੇ, ਕੋਈ ਛੇੜਛਾੜ ਦਾ ਮਾਮਲਾ ਸੀਗਾ। ਸ਼ਰਾਬ, ਹੈਰੋਇਨ, ਸਮੈਕ, ਅਫੀਮ, ਗਾਂਜਾ, ਚਿੱਟਾ, ਭੁੱਕੀ, ਟੀਕੇ, ਗੋਲੀਆਂ, ਜੀਭ ਥੱਲੇ ਰੱਖਣ ਵਾਲੀ ਗੋਲੀ ਤੋਂ ਛੁਟਕਾਰਾ ਪਾਓ। ਸਾਡੀ ਦਵਾਈ 100% ਆਯੁਰਵੈਦਿਕ ਹੈ, ਇਸ ਦਾ ਕੋਈ ਸਾਈਡ ਇਫੈਕਟ ਨਹੀਂ। ਦੇਸ਼ ਵਿਦੇਸ਼ 'ਚ ਦਵਾਈ ਭੇਜਣ ਦਾ ਖਾਸ ਪ੍ਰਬੰਧ ਹੈ। ਪਤਾ ਲੋਮਿਸ਼ ਰਿਸ਼ੀ ਹਰਬਲ ਟ੍ਰੀਟਮੈਂਟ, ਪਟਿਆਲਾ ਰੋਡ, ਜੰਨੋ, ਸੰਗਰੂਰ। 9888370000।